ਅਸੀਂ ਉਹਨਾਂ ਮਰੀਜ਼ਾਂ ਨੂੰ ਦਵਾਈ ਦਿੰਦੇ ਮੋਟਾਪੇ ਵਾਸਤੇ ਜਿਹਨਾਂ ਮਰੀਜ਼ਾਂ ਦੀ ਐਕਸਰਸਾਈਜ਼ ਵਰਜਿਸ਼ ਹੋਵੇ। ਅਕਸਰੀਅਤ ਸਾਡੇ ਕੋਲ ਪੇਸ਼ੈਂਟ ਆਉਂਦੇ ਬਿਲਕੁਲ ਮੋਟੇ ਹੋਤੇ, ਉਹ ਕਹਿੰਦੇ ਸਾਨੂੰ ਮੋਟਾਪੇ ਕੀ ਦਵਾਈ ਦਿਓਗੇ, ਅਸੀਂ ਪਤਲੇ ਹੋ ਗਏ, ਅਸੀਂ ਕਹਿੰਦਾ ਨਹੀਂ ਦੇ ਸਕਦੇ। ਜਦ ਤੱਕ ਤੁਹਾਡੀ ਐਕਸਰਸਾਈਜ਼ ਵਰਜਿਸ਼ ਨਹੀਂ ਬਕਾਇਦਾ ਇੱਕ ਟਾਈਮ ਫਿਕਸ ਨਹੀਂ ਕੀਤਾ, ਤਬ ਤੱਕ ਕੋਈ ਵੀ ਮੈਡੀਸਨ ਮੋਟਾਪੇ ਕੀ ਲਈ ਨਹੀਂ ਖਾਣੀ। ਇਹ ਸਾਡਾ ਸਪੈਸ਼ਲ ਕੋਰਸ ਹੈ, ਮੇਜ਼ਲ ਪੱਖੀ ਹੈ, ਮੋਟਾਪਾ ਕੈਪਸੂਲ ਹੈ, ਮੋਰਿੰਗਾ ਗੋਲੀ ਬਣਾਈ ਹੈ ਮੋਟਾਪੇ ਕੇ ਲਈ, ਬੜਾ ਬਿਹਤਰੀਨ ਕੋਰਸ ਹੈ ਜਿਸੇ ਹਰ ਮਹੀਨੇ 3 से 4 ਕਿਲੋ ਵਜ਼ਨ ਆਪ ਲੋਕ ਘਟਾ ਸਕਦੇ ਹੋ। ਲੇਕਿਨ ਬਸ਼ਰਤੇ ਯੇ ਕਿ ਸਾਥ ਐਕਸਰਸਾਈਜ਼ ਵਰਜਿਸ਼ ਡਾਈਟਿੰਗ ਹੋਵੇ। ਡਾਈਟਿੰਗ ਆਪ ਲੋਕਾਂ ਨੇ ਕੈਸੀ ਕਰਨੀ ਹੈ, ਫਾਸਟ ਫੂਡ, ਜੰਕ ਫਰੂਟ ਜਾਂ ਬਾਹਰ ਦੇ ਖਾਣੇ ਪੀਣੇ ਜਾਂ ਓਵਰ ਖਾਣੇ, ਕੋਲਡ ਡਰਿੰਕ ਸ਼ੋਲਡ ਡਰਿੰਕ, ਐਸੀ ਚੀਜ਼ਾਂ ਕੰਮ ਕਰਨੀ, ਰੋਟੀ ਵਗੈਰਾ ਖਾਣੀ ਹੈ ਜਿਹਦੇ ਤੁਸੀਂ ਰਾਤ ਨੂੰ 10 ਵਜੇ ਖਾਣਾ ਖਾਂਦੇ ਹੋ, ਉਸਕੋ 8 ਵਜੇ 7 ਵਜੇ ਖਾਣਾ ਕਰੋ, ਜਿੱਥੇ 4 ਰੋਟੀਆਂ ਖਾ ਲਓ, 3 ਰੋਟੀਆਂ ਕਰੋ, 2 ਰੋਟੀਆਂ ਕਰੋ, ਡੇਢ ਰੋਟੀ ਕਰੋ, ਕੱਟ ਕਰੋ। ਔਰ ਬਿਹਤਰ ਹੱਲ ਨਾਲ ਇਹੀ ਹੈ ਕਿ ਐਕਸਰਸਾਈਜ਼ ਵਰਜਿਸ਼ ਹੋਵੇ ਅਤੇ ਫਿਰ ਦਵਾਈਆਂ ਖਾ ਸਕਦੇ ਹੋ। ਔਰ ਮੇਰਾ ਮਸ਼ਵਰਾ ਇਹ ਜਿਹੜੇ 50+ ਹੈ, 45+ ਹੈ, ਉਹ ਕਦੀ ਵੀ ਮੋਟਾਪੇ ਕੀ ਦਵਾਈ ਨਾ ਖਾਏ, ਕਿਉਂਕਿ 40+ ਜਿਹੜੇ ਹੋਤੇ ਉਨਕੇ ਹਮੇਸ਼ਾ ਹੱਡੀਆਂ ਕਮਜ਼ੋਰ ਰਹਿਤੀ ਹੈ, ਕੈਲਸ਼ੀਅਮ ਵਿਟਾਮਿਨ ਡੀ ਕੀ ਕਮੀ ਰਹਿਤੀ ਹੈ, ਹੱਡੀਆਂ ਖੁੜ ਜਾਤੀ ਹੈ, ਹੱਡੀਆਂ ਜੁੜਤੀ ਨਹੀਂ ਹੈ। ਜਬ ਉਹ ਫਿਰ ਮੋਟਾਪੇ ਕੀ ਦਵਾਈਆਂ ਖਾਤੇ ਹੈ, ਫਿਰ ਉਸਕੋ ਵੀਕਨੈਸ ਹੋ ਜਾਤੀ ਹੈ, ਵੀਕਨੈਸ ਕੀ ਵਜ੍ਹਾ ਸੇ 100 ਬਿਮਾਰੀਆਂ ਫਿਰ ਫੈਲਦੀ ਹੈ। ਅਗਰ ਆਪ ਸਟਰੋਂਗ ਹੋ, ਅਗਰ ਆਪ 55 ਸਾਲ ਕੇ ਹੋ, ਲੱਗਦੇ ਤੁਸੀਂ 40 ਸਾਲ ਕੇ ਹੋ, ਔਰ ਥੋੜ੍ਹਾ ਜਿਹਾ ਮੋਟਾਪਾ ਵੱਧ ਗਿਆ, ਪੇਟ ਵੱਧ ਗਿਆ, ਫਿਰ ਆਪ ਖਾ ਸਕਦੇ ਹੋ। ਅਗਰ ਆਪ ਸਟਰੋਂਗ ਨਹੀਂ ਹੋ, ਢੀਲੇ ਹੋ, ਹਰ ਵਕਤ ਥਕਨ ਰਹਿਤੀ ਹੈ, ਸੁਸਤੀ ਰਹਿਤੀ ਹੈ, ਔਰ ਆਪ ਕਹਿੰਦੇ ਕਿ ਮੇਰੀ ਮੋਟਾਪਾ ਕੀ ਵਜ੍ਹਾ ਸੇ ਮਸਲਾ ਹੈ, ਤੋ ਆਪ ਮੋਟਾਪੇ ਕੀ ਦਵਾਈਆਂ ਵੀ ਫਿਰ ਨਾ ਖਾਓ। ਪਹਿਲੇ ਆਪਣੇ ਆਪ ਨੂੰ ਸਟਰੋਂਗ ਕਰੋ, ਐਕਸਰਸਾਈਜ਼, ਵਰਜਿਸ਼, ਖਾਣਾ ਪੀਣਾ ਬਿਹਤਰ ਰੱਖੋ, ਫਿਰ ਮੋਟਾਪੇ ਕੀ ਦਵਾਈ ਖਾਓ। ਇਹ ਕੰਪਲੀਟ ਕੋਰਸ ਹੈ, ਜਿਸਨੇ ਵੀ ਮੰਗਵਾਉਣਾ ਹੈ ਮੰਗਵਾ ਸਕਦੇ ਹੋ। ਆਰਡਰ ਕੇ ਲੀਏ 0303-433-172, 0303-433-172, 0345-433-172। ਔਰ ਇਹ ਵੀਡੀਓ ਮੇਰੇ, ਅਗਰ ਆਪ ਕੋਈ ਨੁਸਖਾ ਦੇਣਾ ਚਾਹਤੇ ਹੈ ਤਾਂ ਯੂਟਿਊਬ 'ਤੇ ਮੁਕੰਮਲ ਨੁਸਖਾ ਵੀ ਇਹਦਾ ਮੌਜੂਦ ਹੈ, ਮੁਕੰਮਲ ਵੀਡੀਓ ਵੀ ਮੌਜੂਦ ਹੈ, ਨੁਸਖਾ ਵੀ ਮੌਜੂਦ ਹੈ। ਅਗਰ ਆਪ ਖੁਦ ਬਣਾਉਣਾ ਚਾਹਤੇ ਹੋ, ਖੁਦ ਵੀ ਬਣਾ ਸਕਦੇ ਹੋ, ਸਾਡੇ ਕੋਲ ਮੰਗਵਾਉਣਾ ਚਾਹਤੇ ਹੋ, ਸਾਡੇ ਕੋਲ ਮੰਗਵਾ ਲਓ। ਲੇਕਿਨ ਪਹਿਲੇ ਐਕਸਰਸਾਈਜ਼, ਵਰਜਿਸ਼, ਖਾਣਾ ਪੀਣਾ ਠੀਕ ਕਰੋ, ਆਪਣੇ ਆਪ ਨੂੰ ਮਾਇੰਡ ਠੀਕ ਕਰੋ। ਐਕਸਰਸਾਈਜ਼, ਵਰਜਿਸ਼ ਹੋਵੇ ਕਿ ਹਾਂ ਮੈਂ ਵਜ਼ਨ ਘਟਾਉਣਾ ਹੈ, ਫਿਰ ਹੀ ਕੱਟ ਸਕਦਾ ਹੈ। ਅਗਰ ਮੈਂ ਯਹਾਂ ਸੇ ਦਵਾਈ ਦਊਂ, ਵਹਾਂ ਸੇ ਤੁਸੀਂ 4-4 ਕਿਲੋ ਗੋਸ਼ਤ ਖਾਈ ਜਾਓ, ਕੋਲਡ ਡਰਿੰਕ ਪੀ ਜਾਓ, ਫਾਸਟ ਫੂਡ ਜੰਕ ਖਵਾਈ ਜਾਓ, ਨਾ ਕੋਈ ਪਰਹੇਜ਼ ਕਰੋ, ਨਾ ਕੋਈ ਐਕਟੀਵਿਟੀ ਹੋਏ, ਤਾਂ ਫਿਰ ਕੁਛ ਵੀ ਨਹੀਂ ਹੋ ਸਕਦਾ। ਇਨਸ਼ਾਅੱਲਾ ਨੈਕਸਟ ਵੀਡੀਓ ਮੁਲਾਕਾਤ ਕਰਾਂਗੇ। ਅੱਲਾ ਹਾਫਿਜ਼।